Thank you.
ਭਗਵਾਨ ਆ ਸਮਾਂ ਆ ਯੁੱਗ ਕਿਹੜਾ ਹੈ, ਭਗਵਾਨ ਕ੍ਰਿਸ਼ਨ ਜੀ ਮਹਾਰਾਜ ਕਹਿੰਦੇ ਇਹ ਦੁਆਪਰ ਯੁੱਗ ਹੈ, ਇਹਦੇ ਤੋਂ ਬਾਅਦ ਕਿਹੜਾ ਆਵੇਗਾ। ਅਰਜਨ ਨੇ ਪੁੱਛਿਆ, ਭਗਵਾਨ ਕ੍ਰਿਸ਼ਨ ਜੀ ਕਹਿੰਦੇ ਕਲਯੁੱਗ ਆਏਗਾ, ਕਲਯੁੱਗ ਦੇ ਲੋਕ ਕੈਸੇ ਹੋਣਗੇ, ਕਲਯੁੱਗ ਦਾ ਸਮਾਂ ਕਿਹੋ ਜਿਹਾ ਹੋਏਗਾ। ਅਰਜਨ ਜੀ ਨੇ ਪੁੱਛਿਆ, ਭਗਵਾਨ ਕ੍ਰਿਸ਼ਨ ਜੀ ਕਹਿੰਦੇ ਕੱਲ ਕਲੇਸ਼ ਦਾ ਸਮਾਂ ਹੋਏਗਾ, ਵਿਗਿਆਨ ਦਾ ਸਮਾਂ ਹੋਏਗਾ, ਸਾਇੰਸ ਦਾ ਸਮਾਂ ਹੋਏਗਾ, ਤਰਕਵਾਦੀਆਂ ਦਾ ਸਮਾਂ ਹੋਏਗਾ, ਕ੍ਰਿਟੀਸਾਈਜ਼ ਕਰਨ ਵਾਲਿਆਂ ਦਾ ਸਮਾਂ ਹੋਏਗਾ, ਆਲੋਚਨਾ ਕਰਿਆ ਕਰਨਗੇ, ਆਪਣੇ ਗੁਰੂ ਤੇ ਵੀ ਭਰੋਸਾ ਘੱਟ ਕਰਿਆ ਕਰਨਗੇ, ਗੋਡ ਤੇ ਬਲੀਵ ਘੱਟ ਹੀ ਰੱਖਣਗੇ, ਵਿਸ਼ਵਾਸ ਘੱਟ ਰੱਖਣਗੇ। ਬੇਸ਼ੱਕ ਗੁਰਮੁਖ ਬੰਦੇ ਕਹਿੰਦੇ ਨੇ ਟਰਸਟ ਇਨ ਗੋਡ, ਪਰਮਾਤਮਾ ਵਿੱਚ ਵਿਸ਼ਵਾਸ ਰੱਖੋ। USA ਦੇ ਡਾਲਰ ਤੇ ਲਿਖਿਆ ਹੁੰਦਾ ਇਨ ਟਰਸਟ ਵੀ ਗੋਡ, ਮਤਲਬ ਅਸੀਂ ਪਰਮਾਤਮਾ ਵਿੱਚ ਵਿਸ਼ਵਾਸ ਰੱਖਦੇ ਹਾਂ। ਅਰਜਨ ਜੀ ਪੁੱਛਦੇ ਆ, ਭਗਵਾਨ ਜਦੋਂ ਕਲਯੁੱਗ ਦਾ ਸਮਾਂ ਹੋਏਗਾ ਉਦੋਂ ਫਿਰ ਜੀਵਾਂ ਦਾ ਭਲਾ ਕਿਵੇਂ ਹੋਏਗਾ। ਭਗਵਾਨ ਕ੍ਰਿਸ਼ਨ ਜੀ ਕਹਿੰਦੇ ਨੇਤਰ ਬੰਦ ਕਰ, ਅੱਖਾਂ ਬੰਦ ਕਰਾ ਦਿੱਤੀਆਂ, ਕੀ ਵਿਖਾ ਲਿਆ, ਵੱਡਾ ਸਾਰਾ ਪਹਾੜ ਹੈ, ਪਹਾੜ ਤੋਂ ਇੱਕ ਪੱਥਰ ਰਿੜਦਾ ਆ ਰਿਹਾ ਹੈ, ਉਹਨੂੰ ਰੋਕਦਾ ਕੋਈ ਨਹੀਂ ਹੈ, ਰੁਕਦਾ ਨਹੀਂ ਹੈ, ਪਹਾੜਾਂ ਦੇ ਰੁੱਖ ਪੁੱਟਦਾ ਆ ਰਿਹਾ ਹੈ, ਟ੍ਰੀ ਤੋੜਦਾ ਆ ਰਿਹਾ ਹੈ, ਉਹ ਪੱਥਰ ਇੱਕ ਘਾਹ ਦੇ ਨਾਲ ਅੜ ਕੇ ਰੁਕ ਗਿਆ। ਅਰਜਨ ਜੀ ਨੇ ਅੱਖਾਂ ਖੋਲੀਆਂ, ਭਗਵਾਨ ਕ੍ਰਿਸ਼ਨ ਕਹਿੰਦੇ ਕੀ ਦੇਖਿਆ ਜੀ, ਕਹਿੰਦੇ ਮਹਾਰਾਜ ਪਹਾੜ ਤੋਂ ਪੱਥਰ ਰਿੜਦਾ ਆ ਰਿਹਾ, ਰੁਕਦਾ ਨਹੀਂ, ਵੱਡੇ ਵੱਡੇ ਟ੍ਰੀ ਭੰਨ ਦਿੱਤੇ, ਰੁੱਖ ਭੰਨ ਦਿੱਤੇ, ਰੁਕਣ ਲੱਗਿਆ, ਇੱਕ ਹਰੇ ਘਾਹ ਦੀ ਤਿੜ ਦੇ ਨਾਲ ਰੁਕ ਗਿਆ। ਮਹਾਰਾਜ ਮੈਨੂੰ ਸਮਝ ਨਹੀਂ ਆਈ ਉਹ ਹਰੇ ਘਾਹ ਦੀ ਤਿੜ ਕੀ ਹੈ, ਉਹ ਹਰਿਆ ਘਾਹ, ਉਹ ਗ੍ਰੀਨ ਗਰਾਸ ਕੀ ਹੈ। ਭਗਵਾਨ ਕ੍ਰਿਸ਼ਨ ਜੀ ਕਹਿੰਦੇ ਕਲਯੁੱਗ ਦੇ ਵਿੱਚ ਧੰਨ ਗੁਰੂ ਨਾਨਕ ਦੇਵ ਜੀ ਆਉਣਗੇ, ਆਖੋ ਸਤਨਾਮ ਸ੍ਰੀ ਵਾਹਿਗੁਰੂ ਗੁਰੂ, ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕਲ ਰਾ।
आओ सात संगत जेड़े गुरु साहबा ने आपां नूं बाणी नाल जोड़िया उन्हां नूं याद करिए फिर श्री आनंद साहिब जी का पाठ होएगा। धन है धन है धन है गुरु नानक देव जी धन है। Yeah.
ਤੁਮ ਪੈ ਅਰਦਾਸ।